वीडियो केंद्रीय राज्य मंत्री सावित्री ठाकुर दा जो कि सोशल मीडिया से काफी वायरल हो रहा है, जिस दे विच सावित्री ठाकुर दे वल्लों एक स्लोगन लिखा जाना सी अपनी मां बोली दे विच, यानी कि राष्ट्रभाषा हिंदी दे विच, बेटी बचाओ बेटी पढ़ाओ, पर यह नारा भी सही तरह नहीं लिखा गया। तुसी खुद देखो कि इस व्हाइट बोर्ड दे उत्ते की लिखा होया, जिथे लिखना सी बेटी बचाओ बेटी पढ़ाओ तां इत्थे लिखा गया है बेड़ी पढ़ाओ बचाओ। सो इस वीडियो नो काफी ट्रोल किया जा रहा है सोशल मीडिया ते, ये वीडियो तेजी नाल वायरल हो रही है ते सवाल खड़े हो रहे ने केंद्रीय राज मंत्री सावित्री ठाकुर दी योग्यता ते, जिथे उन्होंने चोणा दौरान अपने 12वीं पास होने का जिक्र भी किया सी, पर इसे नो लेके ही हुन सवाल चुके जा रहे ने कि जी ओ 12वीं पास ने तो अपनी ही मातृ भाषा दे विच, अपनी मां बोली दे विच, राष्ट्र भाषा दे विच एक स्लोगन जो कि उन्होंने ही पार्टी दे नाल जुड़िया होया है ਉਹ ਵੀ ਸਹੀ ਨਹੀਂ ਲਿਖਿਆ ਗਿਆ ਹੈ। ਦੱਸ ਦਈਏ ਕਿ ਸਵਿਤਰੀ ਠਾਕੁਰ ਇੱਕ ਸਕੂਲ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ, ਜਿੱਥੇ ਸਕੂਲ ਚਲੋ ਅਭਿਆਨ ਚਲਾਇਆ ਜਾ ਰਿਹਾ ਸੀ ਤੇ ਇਸੇ ਤਹਿਤ ਹੀ ਵਾਈਟ ਬੋਰਡ ਦੇ ਉੱਤੇ ਇਹ ਸਲੋਗਨ ਲਿਖਿਆ ਜਾਣਾ ਸੀ ਜਿਸ ਕੇਂਦਰੀ ਰਾਜ ਮੰਤਰੀ ਤੋਂ ਸਹੀ ਤਰੀਕੇ ਨਾਲ ਨਹੀਂ ਲਿਖਿਆ ਗਿਆ, ਸਲੋਗਨ ਗਲਤ ਲਿਖ ਦਿੱਤਾ ਗਿਆ। ਬੇਟੀ ਬਚਾਓ ਬੇਟੀ ਪੜ੍ਹਾਓ ਦੀ ਥਾਂ ਤੇ ਬੇੜੀ ਪੜ੍ਹਾਓ ਬਚਾਓ ਲਿਖ ਦਿੱਤਾ ਗਿਆ। ਹੁਣ ਇਸ ਦੀ ਵੀਡੀਓ ਤੇ ਫੋਟੋਆਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ, ਟ੍ਰੋਲ ਹੋ ਰਹੀਆਂ ਨੇ ਤੇ ਹੁਣ ਸਵਾਲ ਖੜੇ ਹੋ ਰਹੇ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਸਵਿਤਰੀ ਠਾਕੁਰ ਤੇ। ਇਹ ਕਿਹਾ ਜਾ ਰਿਹਾ ਕਿ ਸਵਿਤਰੀ ਠਾਕੁਰ ਇੱਕ ਨਾਰਾ ਵੀ ਸਹੀ ਤਰ੍ਹਾਂ ਨਹੀਂ ਲਿਖ ਪਾਏ ਨੇ। ਹਾਲਾਂਕਿ ਤੁਹਾਨੂੰ ਇਹ ਦੱਸ ਦਈਏ ਕਿ ਸਵਿਤਰੀ ਠਾਕੁਰ ਨੇ ਆਪਣੇ ਚੋਣਾਂ ਦੇ ਦੌਰਾਨ ਹਲਫਨਾਮੇ ਦੇ ਵਿੱਚ 12ਵੀਂ ਪਾਸ ਦਾ ਜ਼ਿਕਰ ਜ਼ਰੂਰ ਕੀਤਾ ਸੀ ਤੇ ਧਾਰ ਲੋਕ ਸਭਾ ਸੀਟ ਤੋਂ ਦੂਜੀ ਵਾਰ ਸਾਂਸਦ ਚੁਣੇ ਗਏ ਨੇ। ਇਸ ਤੋਂ ਇਲਾਵਾ ਆਰਐਸਐਸ ਦੇ ਨਾਲ ਵੀ ਉਹ ਕਾਫੀ ਸਮੇਂ ਤੋਂ ਜੁੜੇ ਹੋਏ ਨੇ, ਆਪਣੇ ਖੇਤਰ 'ਚ ਕਈ ਵੱਡੇ ਕੰਮ ਵੀ ਕਰ ਚੁੱਕੇ ਨੇ। ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵੀ ਰਾਜਨੀਤੀ 'ਚ ਨਹੀਂ ਹੈ, ਉਹਨਾਂ ਦੇ ਪਤੀ ਕਿਸਾਨ ਨੇ ਜਦਕਿ ਉਹਨਾਂ ਦੇ ਪਿਤਾ ਸਰਕਾਰੀ ਕਰਮਚਾਰੀ ਰਹੇ ਨੇ। ਵੱਡੇ ਫਰਕ ਦੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਜਿੱਤ ਵੀ ਦਰਜ ਕੀਤੀ, ਪਰ ਹੁਣ ਇਸ ਵੀਡੀਓ ਦੇ ਨਾਲ ਕਈ ਤਰ੍ਹਾਂ ਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਭਾਜਪਾ ਦੇ ਵਿੱਚ ਅਜਿਹੇ ਕੇਂਦਰੀ ਮੰਤਰੀ ਨੇ ਜਿਨ੍ਹਾਂ ਨੂੰ ਸਹੀ ਤਰ੍ਹਾਂ ਲਿਖਣਾ ਵੀ ਨਹੀਂ ਆਉਂਦਾ। ਹੁਣ ਕੇਂਦਰੀ ਰਾਜ ਮੰਤਰੀ ਸਵਿਤਰੀ ਠਾਕੁਰ ਦੀ ਯੋਗਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਕਿ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਸੀ ਕਿ ਉਹ 12ਵੀਂ ਪਾਸ ਨੇ, ਪਰ ਜਿਸ ਤਰ੍ਹਾਂ ਦੇ ਨਾਲ ਇਹ ਸਲੋਗਨ ਗਲਤ ਲਿਖਿਆ ਗਿਆ ਹੈ ਤਾਂ ਇਸ ਨੂੰ ਲੈ ਕੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਇਹ ਉਹਨਾਂ ਦਾ ਜਿਹੜਾ ਵਿਦਿਅਕ ਪੱਧਰ ਹੈ ਕਿ ਇਹ ਗਲਤ ਤਾਂ ਨਹੀਂ ਦੱਸਿਆ ਗਿਆ। ਹਾਲਾਂਕਿ ਸਵਿਤਰੀ ਠਾਕੁਰ ਦੇ ਵੱਲੋਂ ਅਜੇ ਤੱਕ ਇਸ ਵੀਡੀਓ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ, ਪਰ ਇਹ ਜ਼ਰੂਰ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕੇਂਦਰੀ ਰਾਜ ਮੰਤਰੀ ਸਵਿਤਰੀ ਠਾਕੁਰ ਦਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਸਵਿਤਰੀ ਠਾਕੁਰ ਦੇ ਵੱਲੋਂ ਇੱਕ ਸਲੋਗਨ ਲਿਖਿਆ ਜਾਣਾ ਸੀ ਆਪਣੀ ਮਾਂ ਬੋਲੀ ਦੇ ਵਿੱਚ, ਯਾਨੀ ਕਿ ਰਾਸ਼ਟਰ ਭਾਸ਼ਾ ਹਿੰਦੀ ਦੇ ਵਿੱਚ, ਬੇਟੀ ਬਚਾਓ ਬੇਟੀ ਪੜ੍ਹਾਓ, ਪਰ ਇਹ ਨਾਰਾ ਵੀ ਸਹੀ ਤਰ੍ਹਾਂ ਨਹੀਂ ਲਿਖਿਆ ਗਿਆ। ਤੁਸੀਂ ਖੁਦ ਦੇਖੋ ਕਿ ਇਸ ਵਾਈਟ ਬੋਰਡ ਦੇ ਉੱਤੇ ਕੀ ਲਿਖਿਆ ਹੋਇਆ, ਜਿੱਥੇ ਲਿਖਣਾ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਤਾਂ ਇੱਥੇ ਲਿਖਿਆ ਗਿਆ ਹੈ ਬੇੜੀ ਪੜ੍ਹਾਓ ਬਚਾਓ। ਸੋ ਇਸ ਵੀਡੀਓ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ, ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਸਵਾਲ ਖੜੇ ਹੋ ਰਹੇ ਨੇ ਕੇਂਦਰੀ ਰਾਜ ਮੰਤਰੀ ਸਵਿਤਰੀ ਠਾਕੁਰ ਦੀ ਯੋਗਤਾ ਤੇ, ਜਿੱਥੇ ਉਹਨਾਂ ਨੇ ਚੋਣਾਂ ਦੌਰਾਨ ਆਪਣੇ 12ਵੀਂ ਪਾਸ ਹੋਣ ਦਾ ਜ਼ਿਕਰ ਵੀ ਕੀਤਾ ਸੀ, ਪਰ ਇਸੇ ਨੂੰ ਲੈ ਕੇ ਹੀ ਹੁਣ ਸਵਾਲ ਚੁੱਕੇ ਜਾ ਰਹੇ ਨੇ ਕਿ ਜੇ ਉਹ 12ਵੀਂ ਪਾਸ ਨੇ ਤਾਂ ਆਪਣੀ ਹੀ ਮਾਤਰ ਭਾਸ਼ਾ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ, ਰਾਸ਼ਟਰ ਭਾਸ਼ਾ ਦੇ ਵਿੱਚ ਇੱਕ ਸਲੋਗਨ ਜੋ ਕਿ ਉਹਨਾਂ ਦੀ ਹੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ, ਉਹ ਵੀ ਸਹੀ ਨਹੀਂ ਲਿਖਿਆ ਗਿਆ ਹੈ। ਦੱਸ ਦਈਏ ਕਿ ਸਵਿਤਰੀ ਠਾਕੁਰ ਇੱਕ ਸਕੂਲ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ, ਜਿੱਥੇ ਸਕੂਲ ਚਲੋ ਅਭਿਆਨ ਚਲਾਇਆ ਜਾ ਰਿਹਾ ਸੀ ਤੇ ਇਸੇ ਤਹਿਤ ਹੀ ਵਾਈਟ ਬੋਰਡ ਦੇ ਉੱਤੇ ਇਹ ਸਲੋਗਨ ਲਿਖਿਆ ਜਾਣਾ ਸੀ
जो इसे केंद्रीय राज्य मंत्री तो सही तरीके ना नहीं लिखा गया, स्लोगन गलत लिख दिता गया। बेटी बचाओ बेटी पढ़ाओ दी थां ते बेड़ी पढ़ाओ बचाव लिख दिता गया। हुण इसकी वीडियो ते फोटो सोशल मीडिया ते बड़ी तेजी नाल वायरल हो रही ने, ट्रोल हो रही ने, ते हुण सवाल खड़े हो रहे ने केंद्रीय महिला ते बाल विकास राज मंत्री सावित्री ठाकुर ते। ये क्या जा रहे कि सावित्री ठाकुर एक नारा भी सही तरह नहीं लिख पाए ने। हालांकि तुहानू ये दस दिए कि सावित्री ठाकुर ने अपने चोणां दे दौरान हलफनामे दे विच 12वीं पास का जिक्र जरूर किया सी ते धार लोक सभा सीट तो दूजी बार सांसद चुने गए ने। इस तो इलावा RSS के नाल भी काफ़ी समय तो जुड़े हुए ने, अपने खेत्र च कई वड्डे काम भी कर चुके ने। उन्होंने परिवार के कोई भी राजनीति च नहीं है, उन्होंने पति किसान ने जबकि उन्होंने पिता सरकारी कर्मचारी रहे ने। वड्डे फर्क दे नाल लोक सभा चोणां दे विच उन्होंने जित भी दर्ज की, पर हुण इस वीडियो दे नाल कई तरह के सवाल उठने शुरू हो गए ने कि भाजपा दे विच अजिहे केंद्रीय मंत्री ने जिन्हां नूं सही तरह लिखना भी नहीं आता। हुण केंद्रीय राज मंत्री सावित्री ठाकुर दी योग्यता नूं लै के कई तरह के सवाल चुके जा रहे ने कि उन्होंने जिक्र जरूर किया सी कि उह 12वीं पास ने, पर जिस तरह दे नाल इह स्लोगन गलत लिखा गया है तां इस नूं लै के इह वी शक जताया जा रहा है कि किते उन्हां दा जिहड़ा विद्यक पद्धर है कि एक गलत तां नहीं दस्या गया। हालांकि सावित्री ठाकुर दे वल्लों अजे तक इस वीडियो नूं लैके किसी तरह का भी बयान जारी नहीं किया गया है ते ना ही कोई उन्हां दा बयान सामने आया है, पर यह जरूर है कि यह वीडियो सोशल मीडिया से काफ़ी वायरल हो रही है।